ਜਿੱਦਾਂ ਕਿ ਤੁਹਾਨੂੰ ਪਤਾ ਬਹੁਤ ਟਾਈਮ ਦੇ ਬਾਅਦ ਅਸੀਂ ਫੇਰ ਦੁਬਾਰਾ ਵਲੌਗ ਅੱਜ ਪਾਉਣ ਲੱਗੇ ਆ ਭਾਜੀ ਇਹ ਤੱਕਾ ਚਲੋ ਜੀ ਹਾਂ ਸੀਤ ਪਤਾ ਆ ਜਾ ਪੁੱਤ ਓਏ ਚਲੀ ਜਾ ਲੜੀ ਮੈਂ ਕਿਹਾ ਪਤਾ ਨਹੀਂ दूजी पेंट जा कोई कैपरी कुपरी बंदा पा के चल जांदा वा दस्सियो हुण तुसीं कि मैच करदे आ असीं संदीप कहिंदी मैचिंग पाउणी आ इहनूं रख दे पासे चल आ जा इधर दी घूम के मर जा मैं पौनी आ विक्की रखनी रिकॉर्डिंग ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਵਰ ਚੈਨਲ ਮਿਸਟਰ ਐਂਡ ਮਿਸਿਸ ਟੇਸੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਬਹੁਤ ਟਾਈਮ ਦੇ ਬਾਅਦ ਅਸੀਂ ਫੇਰ ਦੁਬਾਰਾ ਵਲੌਗ ਅੱਜ ਪਾਉਣ ਲੱਗੇ ਹਾਂ ਤੇ ਸਾਡਾ ਨਾ ਹੁੰਦਾ ਵਾ ਵੀ ਅਸੀਂ ਵਲੌਗਿੰਗ ਕਰਨੀ ਆ ਬਟ ਸਟਿਲ ਫਿਰ ਅਸੀਂ ਸਾਡਾ ਲਾਈਕ ਹੋ ਜਾਂਦਾ ਕਿ ਨਹੀਂ ਕੰਮ ਸਹੀ ਹੁੰਦਾ ਬਣਦਾ ਨਹੀਂ ਕੰਮ ਸਾਡੇ ਕੋਲ ਚਾਲ ਨਹੀਂ ਬਣਦੀ ਜਿੱਦਾਂ ਸ਼ਾਰਟਸ ਤਾਂ ਪਾਉਂਦੇ ਰਹਿੰਦੇ ਹਾਂ ਪਰ ਵਲੌਗਿੰਗ ਆਈ ਡੋਂਟ ਨੋ ਇਟਸ ਹਾਰਡ ਐਕਚੁਅਲੀ ਮੈਂ ਧੰਨਦੇ ਆ ਉਹ ਲੋਕ ਜਿਹੜੇ ਵਲੌਗ ਕਰਦੇ ਆ ਰਾਈਟ ਐਵਰੀ ਡੇ ਪਤਾ ਨਹੀਂ ਉਹ ਕਿੱਦਾਂ ਕਰਦੇ ਆ ਕਿੱਥੋਂ ਇੰਨੀ ਐਨਰਜੀ ਲੈ ਕੇ ਆਉਂਦੇ ਆ ਕਿੱਥੋਂ ਇੰਨੀਆਂ ਗੱਲਾਂ ਲੈ ਕੇ ਆਉਂਦੇ ਆ ਵਲੌਗਿੰਗ ਕਰਨੀ ਵੀ ਵੈਸੇ ਐਕਚੁਅਲੀ ਦੇ ਵਿੱਚ ਸਕਿੱਲ ਆ ਹਾਂਜੀ ਵਾਕਈ ਸਕਿੱਲ ਆ ਏਦਾਂ ਨਹੀਂ ਹੈਗਾ ਕਿ ਆਪਾਂ ਸੋਚਦੇ ਹਾਂ ਕਿ ਚਲੋ ਵਲੌਗ ਪਾਉਂਦੇ ਹਾਂ ਜੀ ਉਹਨੂੰ ਇੱਕ ਦੋ ਤਾਂ ਪੈ ਜਾਂਦੇ ਆ ਪਰ ਜੇ ਤੁਸੀਂ ਕੰਟੀਨਿਊ ਰੱਖਣੇ ਆ ਨਾ ਉਹਦੇ ਲਈ ਵੀ ਤੁਹਾਡੇ ਕੋਲ ਕੰਟੈਂਟ ਹੋਣਾ ਚਾਹੀਦਾ ਵਾ ਕਿ ਹਨਾ ਵੀ ਕੀ ਦਿਖਾਉਣਾ ਕੀ ਕਰਨਾ ਕੀ ਪਾਉਣਾ ਬਾਕੀ ਏਦਾਂ ਵਾ कोई गल नी कुछ नी हुंदा जिद्दां मर्जी होऊ देखी चलू पर हले माइंड ओदां दे बणे नहीं गए पर जिथे अज असीं जा रहे आ विआह ते जा रहे आ वंडेस्टो साडे तों 2 घंटे दूर आ ਬਟ ਹੁਣ ਪਤਾ ਕੀ ਹੋਇਆ ਮੈਨੂੰ ਕਹਿੰਦੇ ਕਿ ਤੂੰ ਹਨਾ ਹੱਥ ਟਕਾਉਣਾ ਸਿੱਖ ਜਦੋਂ ਵਲੌਗ ਕਰਦੀ ਆ ਮੈਂ ਨਹੀਂ ਚਾਹੁੰਦਾ ਕਿ ਹਮੇਸ਼ਾ ਮੈਂ ਕੈਮਰਾ ਫੜਾ ਤੂੰ ਵੀ ਫੜਿਆ ਕਰ ਹਨਾ ਤੇ ਮੈਂ ਕੈਮਰਾ ਕਰਨਾ ਸ਼ੁਰੂ ਕਰ ਦਿੱਤੀ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਐਂਡ ਤੇ ਦੇਖਿਆ ਉਹ ਸਾਰੀ ਰਿਕਾਰਡਿੰਗ ਹੀ ਫਰੰਟ ਸਾਈਡ ਤੇ ਹੋ ਗਈ ਸਾਡੇ ਅਸੀਂ ਰਿਕਾਰਡ ਹੀ ਨਹੀਂ ਹੋਏ ਤਾਂ ਹੱਸਣ ਦੇ ਆ ਓਕੇ ਹਨਾ ਮੈਨੂੰ ਇੱਕ ਹੋਰ ਦੱਸਣਾ ਵਾ ਕਿ ਜਦੋਂ ਜਦੋਂ ਆਪਾਂ ਕਿਤੇ ਜਾਂਦੇ ਆ ਰਿਸ਼ਤੇਦਾਰਾਂ ਜਿਹੜੇ ਕਿਸੇ ਇੰਡੀਆ ਦੇ ਵਿੱਚ ਵੀ ਤੁਹਾਡੇ ਵੀ ਆਰਗੂ ਹੁੰਦੇ ਆ ਆਪਣੇ ਆਪਣੇ ਹਸਬੈਂਡ ਨਾਲ ਜਾਂ ਵਾਈਫ ਦੇ ਨਾਲ ਸਾਡੇ ਤਾਂ ਪੱਕਾ ਹੁੰਦਾ ਹੀ ਹੁੰਦਾ ਆਰਗੂ ਲੇਟ ਹੋ ਗਏ ਅਸੀਂ ਟਾਰਗੇਟ ਮਿਥਿਆ ਸੀ ਕਿ ਅਸੀਂ 9 ਵਜੇ ਘਰੋਂ ਤੁਰਨਾ ਵਾ ਰਾਈਟ ਅਸੀਂ 9 ਵਜੇ ਤੁਰੇ ਨਹੀਂ ਘਰੋਂ ਅਸੀਂ ਜਾ ਕੇ 9:30 ਵਜੇ ਘਰੋਂ ਤੁਰੇ ਲੇਟ ਓਕੇ ਸਿੰਦਰ ਨੇ ਮੈਨੂੰ ਕਿਹਾ ਕਿ ਮੈਂ 8:15 ਰੈਡੀ ਰਹੂੰਗਾ ਤੇ ਮੈਂ ਕਿਹਾ ਸਿੰਦਰ ਮੇਰਾ ਟਾਰਗੇਟ ਹੈਗਾ 9 ਵਜੇ ਦਾ ਨਾ ਤੇ ਸੁਜਿੰਦਰ ਰੈਡੀ ਹੋਏ ਜਾ ਕੇ 9 ਵਜੇ ਤੇ ਮੈਂ ਹੋਈ 9:30 ਤੁਸੀਂ 45 ਮਿੰਟ ਲੇਟ
मतलब घरों ही साढ़े नौ तुरे ओदो तो दो चीजा होर साडिया ऐड अप हो पर जे न्याणे नाल हुंदे फिर असीं होर लेट हो जांदे न्याणे नाल बहुत लेट होंदा ते एको वैसे गल सही आ कहिंदे मैं वीडियो देखी सी ओ कहिंदे हस्बैंड वाइफ कह लो के जदों ब्याह हो जांदा ना फिर दोनों तरह नूं एक दूजे दी नोक झोक झलनी पैंदी आ खराब सी पर मच बैटर एदा वा के असी लर्न किया एक दूजे नू के हां के इट्स ओके जे ए इदा कर दे आ जा मैं इदा कर दी आ कोई गल नहीं उन्होंने झगड़ा नहीं करना निक्कियां निक्कियां गल्लां साडे चो काफी डिलीट हो गई हुण उन्हां चीजां दा करके साडे च बहुत झगड़ा घट हुंदा हुण मेन चीजां ते हुंदा जिंदगी इह जिंदगी हुंदी होर जिंदगी नूं फुल थोड़ी लगे हुंदे आ पंजाबी फिल्मां कुछ जिंदगी नूं फुल थोड़ा लगे हुंदे डायलॉग जिंदगी हुंदी आ ते बाकी तुहानूं वीडियोस दे विच तुसीं आपदा बेस्ट दिखाउंदे हुंदे आ पर असीं लड़दे झगड़दे फुल वाधू का छेती नहीं लगदे आरगू फुल हुंदे साडे ते सिंदर कहिंदा हुंदा मैं नहीं थल्ले डिगदा ते मैं कहिंदी नहीं मैं भी नहीं थल्ले डिगदी मैं भी मोरियो आकड़दी हां ते सिंदर भी मोरियो आकड़दा ही फुल वड्डा फुल कोई घट नहीं असीं इक दूजे तों बस ही अपना पर्सनल थोड़े जे दसदा पर्सनल गल्लां ही घट दसदे हुंदे आ अज असीं फ्लो फ्लो च दस दित्तियां रिलेटिव नहीं है ओह साडे आंटी जां नेबर दे विच रहिंदे आ ते पर जिहड़ी साडी एक्चुअली फैमिली आ उन्हां नूं तुहानूं इंट्रोड्यूस करावांगे ਵੈਦਰ ਬਹੁਤ ਸੋਹਣਾ ਰਹਿੰਦਾ ਵਾ ਇੱਥੇ ਆਲਵੇਜ ਅਸੀਂ ਤਾਂ ਅਪਰੀਸ਼ੀਏਟ ਕਰਦੇ ਆ ਇੱਥੋਂ ਦੇ ਵੈਦਰ ਨੂੰ ਧੂੜ ਮਿੱਟੀ ਘੱਟਾ ਕੱਖ ਵੀ ਨਹੀਂ ਹੁੰਦਾ ਇੱਥੇ ਪੱਕੇ ਦੇਖੋ ਇੰਡੀਆ ਵੀ ਹੁਣ ਤਾਂ ਚਲੇ ਗਿਆ ਮੈਂ ਵੀਡੀਓਜ਼ ਦੇ ਵਿੱਚ ਦੇਖਿਆ ਵੈਸੇ ਕੈਮਰਾ ਇੰਨਾ ਜਸਟੀਫਾਈ ਨਹੀਂ ਕਰਦਾ ਐਕਚੁਅਲੀ ਜਿਹੜਾ ਅੱਖਾਂ ਦੇ ਨਾਲ ਦੇਖਦੇ ਆ ਨਾ ਉਹਦੇ ਵਿੱਚ ਜ਼ਿਆਦਾ ਬੈਟਰ ਲੱਗਦਾ ਆ ਵੇਖੋ ਜੀ ਐਨ ਪਿੰਡਾਂ ਵਾਲਾ ਮਾਹੌਲ ਆ ਤੇ ਸਾਡੇ ਇੱਧਰਲੇ ਆਸੇ ਪਾਸੇ ਹੈਗੇ ਬਦਾਮਾਂ ਦੇ ਰੁੱਖ ਤੇ ਪਤਾ ਨਹੀਂ ਕੈਮਰੇ 'ਚ ਦੇਖਦੇ ਹੋਣੇ ਕਿ ਨਹੀਂ ਚੰਗੀ ਤਰ੍ਹਾਂ ਚਿੱਟੇ ਨਹੀਂ ਨਹੀਂ ਉਹ ਨਹੀਂ ਗਏ ਆਹ ਇੱਧਰ ਜਿਹੜੇ ਚਿੱਟੇ ਚਿੱਟੇ ਫੁੱਲ ਆ ਨਾ ਇਹ ਸਾਰੇ ਬਦਾਮ ਆ ਕੈਲੀਫੋਰਨੀਆ ਦੇ ਬਦਾਮ ਬੜੇ ਮਸ਼ਹੂਰ ਆ ਆਪਣੇ ਇੰਡੀਆ ਦੇ ਵਿੱਚ ਵੀ ਪਰ ਇੱਥੇ ਕੋਈ ਤੋੜਦਾ ਨਹੀਂ ਹੈਗਾ ਜਿੱਦਾਂ ਆਪਣਾ ਇੰਡੀਆ ਹੁੰਦਾ ਤੇ ਲੋਕਾਂ ਨੇ ਛੱਡਿਆ ਨਹੀਂ ਸੀ ਕਰਦੇ ਪਰ ਉੱਥੇ ਵੀ ਲੋਕਾਂ ਨੇ ਯੂਜ਼ ਟੂ ਹੋ ਜਾਣਾ ਸੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਲੱਗਦਾ ਬਰਾਤ ਦੀ ਵੇਟ ਕਰਦੇ ਆ ਮੈਨੂੰ ਲੱਗਦਾ ਬਰਾਤ ਦੀ ਵੇਟ ਕਰਦੇ ਮੈਨੂੰ ਲੱਗਦਾ ਇਹ ਗੁੱਸੇ ਹੋ ਕੇ ਬੈਠਾ ਹੋਇਆ ਪਤਾ ਨਹੀਂ ਕਾਹਤੇ ਕੀ ਗੱਲ ਹੋਈ ਸੀ ਤੁਹਾਨੂੰ ਕਿੰਨਾ ਗੁੱਸੇ ਆ ਗੁਣਕਾਰ ਹੈ ਜਿੱਦਾਂ ਪੱਪਾ ਪਾਉਣੇ ਹੁੰਦੇ ਆ ਕਿੱਦਾਂ ਪਾਉਣੇ ਹੁੰਦੇ ਆ ਪੱਪਾ ਚੀਜੀ ਨਹੀਂ ਮਿਲੇ ਖਾਣ ਨੂੰ ਨਹੀਂ ਭੱਜ ਕੇ ਪੱਪਾ ਪਾਉਣੇ ਹੁੰਦੇ ਤੁਸੀਂ ਭੱਜ ਕੇ ਪੱਪਾ ਪਾਉਣੇ ਹੁੰਦੇ ਆ ਚੀਜੀ ਨਾਲ ਮਿਲੀਆਂ ਤਾਂ ਕਿਤੇ ਗਲਵੇਰੇ ਹੋਏ ਆ ਜੱਟ ਨੇ ਕਿਹ ਬਗਰੀ ਚੱਲ ਪੱਪਾ ਬੈਠ ਕੇ ਜਿਹੜਾ ਪਾਉਣੇ ਨੂੰ ਕੁੱਟ 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 ਕੇ ਜਿਹੜੀ ਆਂਟੀਆਂ ਇਹ ਸਾਡੇ ਪਿੰਡ ਇਹਨਾਂ ਦੀ ਸਿਸਟਰ ਹੈ ਤੇ ਮੇਰੇ ਮੇਰੇ ਮਾਸੀ ਲੱਗੀ ਰਹੀ ਹੈ ਮਾਸੀ ਲੱਗੀ ਆ ਨਾ ਸਾਡੇ ਪਿੰਡ ਦੇ ਆ ਤੇ ਆ ਸਾਡੇ ਪਿੰਡ ਦੀ ਕੁੜੀ ਆ ਇਹਦੇ ਵਿਆਹ ਤੇ ਅਸੀਂ ਆਏ ਆ ਅਸੀਂ ਤਾਂ ਨਿੱਕੇ ਹੁੰਦੇ ਇਹਨਾਂ ਦਾ ਖੂਹ ਤੇ ਸਾਡਾ ਖੂਹ ਲੱਗ ਹੀ ਹੁੰਦਾ ਸੀਗਾ ਨਹੀਂ ਨਹੀਂ ਪ੍ਰਾਹੁਣੇ ਸਾਰੇ ਬਾਹਰ ਵੇਟ ਕਰਨ ਡਿਆ ਬਰਾਤ ਦੀ satnam vahi guru satnam vahi guru satnam vahi guru
सही है। ਗਨਕਾਰ ਪੁੱਤ ਉਹ ਇੱਕ ਉਹਨਾਂ ਦੇ ਨਾਲ ਭੇਜਦੀ ਜਾਂ ਉਹਨਾਂ ਨਾਲ ਲੈ ਕੇ ਜਾਣਾ ਹੁਣ ਨਾਲ ਲੈ ਕੇ ਜਾਣਾ ਵਾ ਚਲ ਠੀਕ ਆ ਨਿਆਣਿਆਂ ਨਾਲ ਮਿਕਸ ਹੋਇਆ ਸੀਗਾ ਖੇਡਣ ਡਿਆ ਸੀਗਾ ਹੁਣ ਕਿ ਉਹਨਾਂ ਦੇ ਤੇਰਾ ਕੋਟ ਕਿੱਥੇ ਗਿਆ ਪੁੱਤ ਕੋਟ ਕਿੱਥੇ ਗਿਆ ਤੇਰਾ ਕੋਟ ਮੈਂ ਕਿਹਾ ਤੈਨੂੰ ਤਾਂ ਭੇਜ ਦਿਆ ਨਾਲ ਕਹਿੰਦਾ ਨਹੀਂ ਉਹਨਾਂ ਲੈ ਲੈਣਾ ਚਲੋ ਜੀ ਹੋ ਗਿਆ ਜੀ ਉਹ ਠੀਕ ਆ ਸਿੰਦੜਾ ਵਾਲੀ ਉਹ ਸਿੰਦੜਾ ਸਿੰਦੜਾ ਹੋਈ ਪਈ ਹੈ ਯਾਰ ਵਾਲੀ मोहरे बोल दिता है डन भी हो गए चलो हेल्प कर दी हेल्प हो गई हेल्प जुत्ती दियो ही ना संडू साहब देने पैना जी संडू साहब देने पैना शगन भाजी धक्का भाजी धक्का भाजी धक्का भाजी धक्का स्कूले चले होंगे ऐसा तैयार करने जो मर्जी हो जाए शगन देना ही पैना वा जो बनता वह देना ही पैना मैं गया नहीं खड़ जो खड़ नाले कहने टकाले ले लो हेलो चप्पल चोर तुरे फिरते सारे चप्पल चोर भाजी ठीक है आ गरीब फस गया गब्बे इतने भाभी कुछ कह नहीं रही ये क्या देते यार शगन चोर भी पढ़ाते पढ़ाते
ਪਾਣੀ ਦੇ ਕਿਧਰ ਕੰਮੀ ਨਾ ਕਿਤੇ ਬੰਦ ਹੋ ਜਾਵੇ ਤੁਹਾਨੂੰ ਪਤਾ ਨਹੀਂ ਭਾਈ ਆਪਣੇ ਡੋਗਾ ਪੱਲ ਲੈਣੇ ਭਾਈ ਉਹ ਦੇ ਨਹੀਂ ਰਿਹਾ ਨਾ ਭਾਜੀ ਨੂੰ ਕੈਸ਼ ਲੈ ਭਾਜੀ ਨੂੰ ਦਿੱਤੇ ਨਹੀਂ ਦੇਈ ਨਹੀਂ ਕੀ ਕਰੀਏ ਨਹੀਂ ਪੜਾਇਆ ਨਹੀਂ ਆਪਾਂ ਭਾਜੀ ਨੂੰ ਕੈਸ਼ ਭਾਜੀ ਨੇ ਪੈਸੇ ਜਦੋਂ ਵੜਦੇ ਨਹੀਂ ਪੈਸੇ ਨਹੀਂ ਆਪਾਂ ਭਾਜੀ ਨੂੰ ਕੈਸ਼ ਲੈ ਲਾਂ ਕਿੱਡੇ ਵਜੇ ਬਜ਼ਾਰ ਮਜ਼ਾਰ ਕੀਤਾ ਹਾਂ ਜੀ ਕੋਲੀ ਆਪਾਂ ਚਲੋ ਕੀ ਇਹਨਾਂ ਵਾਰੀ ਜਿੰਨੇ ਮੰਗੇ ਇਹਨਾਂ ਨੇ ਜ਼ਿਆਦਾ ਦੇਣੇ ਆ ਜਿੰਨੇ ਮੰਗੇ ਉਹਨੇ ਥੋੜੀ ਆਏ ਨਾ 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 ਹੱਥ ਲਾ ਲੋ ਹੱਥ ਲਾ ਲੋ ਚਲੋ ਜੀ ਸਾਡੀ ਫੋਟੋ ਲਾਇਓ ਸਹੀ ਹੈ ਸਹੀ ਨਾਲੇ ਵਾਇਰਲ ਹੋ ਜਾਊਗਾ ਚਾਰ ਲੋਕ ਜਾਣਨ ਲੱਗ ਜਾਣਗੇ ਫਾਇਦਾ ਚੱਕਣ ਲੱਗ ਪਏ ਸੀਗੇ ਵੈਦਰ ਬਹੁਤ ਸੋਹਣਾ ਸੀਗਾ ਤੇ ਅਸੀਂ ਸੋਚਿਆ ਕਿ ਵੀਡੀਓ ਸ਼ੀਡੀਓ ਬਣਾ ਲਈਏ ਤੇ ਥੋੜੀ ਵੀਡੀਓ ਬਣਾ ਕੇ ਹਟੇ ਹਾਂ ਹੁਣ ਕਰਦੇ ਹਾਂ ਚੇਂਜ ਤੇ ਸਾਰੇ ਜਣੇ ਕਮੈਂਟਾਂ ਦੇ ਵਿੱਚ ਨਵੇਂ ਜੁੜੇ ਨੂੰ ਵਧਾਈਆਂ ਦੇ ਦਿਓ ਇੱਕ ਵਾਰੀ ਕਿ ਉਹਨਾਂ ਦੀ ਨਵੀਂ ਲਾਈਫ ਸ਼ੁਰੂ ਹੋਈ ਆ ਗੁੱਡ ਲੱਕ ਕਰਦੇ ਹਾਂ ਸਾਰੇ ਜਣੇ ਇੱਕ ਵਾਰੀ ਉਹ ਤੇਰੀ 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 ਇਹ ਫਾਇਦੇ ਚੱਕਦਾ ਹੁੰਦਾ ਫਾਇਦੇ ਚੱਕਦਾ ਹੁੰਦਾ